ਚੋਣਾਂ ਹੁਣ ਜਾ ਰਹੀਆਂ ਨੇ। ਜਸਟਿਸ ਅਤੇ ਮਹਿਤਪੁਰ ਦੇ ਵਿੱਚ ਥਾਂ ਥਾਂ ਭੀੜ ਲੱਗੀ ਹੋਈ ਹੈ, ਪਰ ਜੋ ਭੀੜ ਲੱਗੀ ਹੈ ਇਸ ਵਾਰੇ ਸੰਦੀਪ ਅਰੋੜਾ ਦੇ ਕੀ ਵਿਚਾਰ ਨੇ, ਕੀ ਕਹਿਣਾ ਕਿ ਜੋ ਇਲੈਕਸ਼ਨ ਹੋ ਰਿਹਾ, ਜੋ ਪ੍ਰਤੀਨਿਧ ਇੱਥੇ ਚੋਣ ਕਰਵਾ ਰਹੇ ਨੇ, ਜੋ ਉੱਧਰ ਤੋਂ ਕੋਈ ਸਰਕਾਰੀ ਨੁਮਾਇੰਦਾ ਆਇਆ ਹੋਇਆ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੰਦੀਪ ਅਰੋੜਾ ਤੋਂ। ਜੀ ਵੀਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜੋ ਪੰਚਾਇਤੀ ਚੋਣਾਂ ਹੁਣ ਜਾ ਰਹੀਆਂ, ਉਸ ਪ੍ਰਤੀ ਤੁਹਾਡੇ ਕੀ ਵਿਚਾਰ ਹੈ, ਜੋ ਸਹੀ ਇਲੈਕਸ਼ਨ ਜੋ ਪ੍ਰਤੀਨਿਧ ਕੋਈ ਸਰਕਾਰੀ ਨੁਮਾਇੰਦਾ ਵੀ ਇੱਥੇ ਆਇਆ ਹੋਇਆ? ਦੇਖੋ ਜੀ, ਅਸੀਂ ਸਵੇਰ ਦੇ ਲਗਭਗ ਪਿੰਡਾਂ ਤੋਂ ਲੋਕ ਆਏ ਹੋਏ ਆ। ਹਾਂਜੀ, ਕੋਈ ਵੀ ਸਰਕਾਰੀ ਨੁਮਾਇੰਦਾ ਜਿਹੜਾ ਸਾਨੂੰ ਨਹੀਂ ਦਿਖਿਆ, ਵੀ ਜਿਹੜਾ ਲੋਕਾਂ ਨੂੰ ਕੋਈ ਇਹ ਪੁੱਛ ਸਕੇ ਵੀ ਕੋਈ ਸਹੂਲਤ ਦੀ ਲੋੜ ਹੈ, ਕੋਈ ਲੋਕਾਂ ਨੂੰ ਲੋਕ ਜਿਹੜੇ ਉਹ ਲੁੱਟ ਦਾ ਸ਼ਿਕਾਰ ਹੋ ਰਹੇ ਆ, ਔਰ ਪ੍ਰਾਈਵੇਟ ਬੰਦੇ ਜਿਹੜੇ ਲੁੱਟ ਕਰ ਰਹੇ ਆ, ਲੋਕਾਂ ਦੀ ਹਜ਼ਾਰ ਰੁਪਇਆ ਫੈਲ ਭਰਨ ਦਾ, 1500-1500 ਰੁਪਇਆ ਫੈਲ ਭਰਨ ਦਾ ਲੈ ਰਹੇ ਆ, ਔਰ ਸ਼ਰੇਆਮ ਜਿਹੜੀ ਲੋਕਾਂ ਦੀ ਲੁੱਟ ਹੋ ਰਹੀ ਆ, ਕੋਈ ਵੀ ਸਰਕਾਰੀ ਨੁਮਾਇੰਦਾ ਜਿਹੜਾ ਇੱਥੇ ਆ ਕੇ ਇਹ ਲੋਕਾਂ ਨੂੰ ਜਿਹੜਾ ਕੋਈ ਸਬੂਤ ਦੇਣ ਦੇ ਲਈ ਕੋਈ ਜਿਹੜਾ ਅਧਿਕਾਰੀ ਇੱਥੇ ਨਹੀਂ ਆਇਆ ਹੈਗਾ, ਔਰ ਪ੍ਰਾਈਵੇਟ ਬੰਦੇ ਜਿਹੜੇ ਕੱਲ੍ਹ ਤੋਂ ਮੈਂ ਦੇਖ ਰਿਹਾ ਆ, ਜਿਹੜੇ ਸ਼ਰੇਆਮ ਲੁੱਟ ਜਿਹੜੀ ਲੁੱਟ ਸੁੱਟ ਕਰ ਰਹੇ ਆ ਲੋਕਾਂ ਦੀ, ਲੋਕ ਖੱਜਲ ਖੁਆਰ ਹੋ ਰਹੇ ਆ, ਸ਼ਹਿਰ ਵਿੱਚ ਪੂਰੀ ਜਿਹੜੀ ਭੀੜ ਲੱਗੀ ਪਈ ਆ, ਲੋਕਾਂ ਦਾ ਆਮ ਲੋਕਾਂ ਦਾ ਵੀ ਜਿਹੜਾ ਉੱਥੋਂ ਲੰਘਣਾ ਜਿਹੜਾ ਉਹ ਮੁਸ਼ਕਿਲ ਹੋ ਰਿਹਾ। ਬਿਲਕੁਲ, ਉਸ ਤੋਂ ਜਿਹੜਾ ਪਰਸੋਂ ਜਦੋਂ ਤੋਂ ਇਹ ਸ਼ੁਰੂ ਹੋਇਆ 17 ਤਰੀਕ ਤੋਂ, ਕੱਲ੍ਹ ਤੋਂ ਇਹ ਉਸੇ ਤਰ੍ਹਾਂ ਚੱਲ ਰਿਹਾ ਹੈਗਾ, ਔਰ ਮੈਨੂੰ ਲੱਗਦਾ ਵੀ ਕੱਲ੍ਹ ਤੱਕ ਵੀ ਜਿੱਦਾਂ ਦੇ ਲੋਕ ਜਿਹੜਾ ਲੋਕ ਖੱਜਲ ਖੁਆ ਕੇ ਖੁਆਰ ਹੋ ਕੇ ਹਾਲੇ ਮੁੜ ਰਹੇ ਆ, ਕੱਲ੍ਹ ਤੱਕ ਜਿਹੜਾ ਜਿਹੜੀ ਲਾਸਟ ਡੇਟ ਹੈਗੀ ਉਸ ਤੱਕ ਜਿਹੜਾ ਇੱਦਾਂ ਰਹੂਗਾ। ਇੱਕ ਜੀ ਬਹੁਤ ਅਹਿਮ ਸਵਾਲ ਹੁੰਦਾ ਕਿ ਦੇਖੋ, ਮੈਥ ਪ੍ਰੋਜੈਕਟ ਰਸਤਾ ਜੋ ਸੜਕ ਛੋਟੀ ਹੋਰ ਕਰਕੇ ਪੈ ਰਹੀ ਹੈ ਅਤੇ ਭੀੜ ਇਕੱਠੀ ਹੋ ਜਾਂਦੀ ਹੈ, ਅਤੇ ਉਸਦੇ ਕਾਰਨ ਇੱਥੇ ਕੋਈ ਟ੍ਰੈਫਿਕ ਮੁਲਾਜ਼ਮ ਜਾਂ ਕੋਈ ਪੁਲਿਸ ਤਾਇਨਾਤ ਕੀਤੀ ਗਈ? ਦੇਖੋ, SHO ਸਾਹਿਬ ਜਿਹੜੇ ਹੈਗੇ ਆ, ਉਹਨਾਂ ਨੇ ਮੇਰੇ ਸਾਹਮਣੇ ਪੁਲਿਸ ਵਾਲਿਆਂ ਨੂੰ ਹਦਾਇਤਾਂ ਕੀਤੀਆਂ ਹੈਗੀਆਂ ਕਿ ਤੁਸੀਂ ਉੱਥੇ ਜਿਹੜਾ ਕਰੋ, ਪਰ ਟ੍ਰੈਫਿਕ ਦਾ ਕੋਈ ਵੀ ਜਿਹੜਾ ਮੁਲਾਜ਼ਮ ਹੈ ਟ੍ਰੈਫਿਕ ਦਾ ਇੱਥੇ ਅੱਡੇ 'ਤੇ ਬੱਸ ਸਟੈਂਡ ਦੇ ਲਈ, ਜਿਹੜਾ PCR ਜਿਹੜਾ ਲੋਕਲ ਆਪਣੇ ਚੱਲ ਰਿਹਾ ਉਹ ਹੈਗਾ, ਕਿਉਂਕਿ ਮੁਲਾਜ਼ਮਾਂ ਦੀ ਥਾਣੇ ਵਿੱਚ ਵੀ ਥੋੜ੍ਹੀ ਜਿਹੀ ਘਾਟ ਹੈ, ਜਿਹੜੀ ਅਸੀਂ ਮਹਿਸੂਸ ਕਰਦੇ ਹਾਂ ਵੀ ਜਿਹੜੀ ਬਹੁਤ ਘਾਟ ਹੈ ਥਾਣੇ ਵਿੱਚ ਵੀ। ਅਸੀਂ SHO ਸਾਹਿਬ ਨੂੰ ਮੰਗ ਵੀ ਕੀਤੀ ਆ ਵੀ ਇੱਥੇ ਜਿਹੜੇ ਮੁਲਾਜ਼ਮਾਂ ਦੀ ਘਾਟ ਆ ਉਹਨਾਂ ਨੂੰ ਭੇਜੋ, ਖਾਸ ਕਰਕੇ ਜਿਹੜਾ ਅਸੀਂ ਇਹ ਇਲਾਕਾ ਜਿਹੜਾ ਪਰਸੋਂ ਵੀ SHO ਸਾਹਿਬ ਨੇ ਇਹ ਲਵਾਇਆ ਲੋਕਾਂ ਦੇ ਕਹਿਣ ਦੇ ਉੱਤੇ, ਜਿਹੜਾ ਸ਼ਰੇਆਮ ਲੜਕੀਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਜਿਹੜੇ ਨੌਜਵਾਨ ਜਿਹੜੇ ਮੁੰਡੇ ਜਿਹੜੇ ਭਟਕੇ ਹੋਏ ਆ ਆਪਣੇ ਰਾਹ ਤੋਂ, ਉਹ ਜਿਹੜਾ ਇੱਥੇ ਜਦੋਂ ਲੜਕੀਆਂ ਦਾ ਸਕੂਲ ਲੱਗਣ ਦਾ ਟਾਈਮ ਹੁੰਦਾ ਜਾਂ ਛੁੱਟੀ ਦਾ ਟਾਈਮ ਹੁੰਦਾ, ਜਿਹੜਾ ਮੋਟਰਸਾਈਕਲਾਂ 'ਤੇ ਸ਼ਰੇਆਮ ਗੇੜੀਆਂ ਮਾਰਦੇ, ਉਹਨਾਂ ਲਈ ਚਲੋ ਸਖਤਾਈ ਵੀ ਉਹਨਾਂ ਨੇ ਕੀਤੀ ਆ, ਪਰ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਜਿਹੜਾ ਉਹ ਸ਼ਹਿਰ ਵਿੱਚ ਬਹੁਤ ਜ਼ਿਆਦਾ ਜੋ ਇਹ ਸਮੱਸਿਆ ਜੋ ਆ ਰਹੀ ਹੈ, ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਇਸ ਤਰ੍ਹਾਂ? ਬਿਲਕੁਲ, ਅਸੀਂ SSP ਸਾਹਿਬ ਦੇ ਵੀ ਧਿਆਨ ਵਿੱਚ ਕੀਤੀ ਹੈਗੀ ਆ, ਉਸ ਤੋਂ ਜਿਹੜਾ ਲਗਾਤਾਰ ਹੀ ਇਹ ਸਮੱਸਿਆ ਜਿਹੜੀ ਸਮੱਸਿਆ ਬਾਰੇ, ਜਿਹੜੀ ਟ੍ਰੈਵਲ ਦੀ ਸਮੱਸਿਆ ਹੈਗੀ, ਇਹਦੇ ਬਾਰੇ ਲਗਭਗ ਅਧਿਕਾਰੀਆਂ ਨਾਲ ਗੱਲ ਹੁੰਦੀ ਰਹਿੰਦੀ, ਜਿਹੜੀ ਸਮੱਸਿਆ ਸੀ ਬੁਰੀ ਹਾਲ ਕੀਤੀ ਆ। ਸੋ ਆ ਫੌਰੀ ਜਿਹੜਾ ਸੀਜ਼ਨ ਆ ਕੇ ਗਿਆ ਝੋਨੇ ਦਾ ਸੀਜ਼ਨ, ਇਹਦੇ ਉੱਤੇ ਵੀ ਬਹੁਤ ਜਿਹੜੀ ਸਮੱਸਿਆ ਆਉਂਦੀ, ਕਿਉਂਕਿ ਮੰਡੀਆਂ ਵਿੱਚ ਜ਼ਿਮੀਦਾਰ ਨੇ ਆਪਣਾ ਝੋਨਾ ਆਪਣੀ ਫਸਲ ਲੈ ਕੇ ਆਉਣਾ ਹੁੰਦਾ, ਉਸ ਟਾਈਮ ਨੂੰ ਭਾਰੀ ਭਾਰੀ ਜਾਮ ਲੱਗਦੇ ਆ, ਉਦੋਂ ਵੀ ਅਧਿਕਾਰੀਆਂ ਨਾਲ ਗੱਲ ਹੁੰਦੀ ਰਹਿੰਦੀ ਜਿਹੜਾ ਹੁਣ ਹਾਲ ਜਿਹੜਾ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜੀ ਆ ਜਿਹੜਾ ਪੰਚਾਇਤੀ ਚੋਣਾਂ ਦੇ ਦੌਰਾਨ ਜਾਂ ਹੋਰ ਚੋਣਾਂ ਦੇ ਦੌਰਾਨ ਜਿਹੜੀ ਲੋਕਾਂ ਦੀ ਪਹਿਲੀ ਗੱਲ ਜਿਹੜੀ ਆ ਲੁੱਟ ਸੁੱਟ ਜਿਹੜੀ ਪ੍ਰਾਈਵੇਟ ਬੰਦੇ ਕਰ ਰਹੇ ਆ, ਇਹਦੀ ਜਗ੍ਹਾ 'ਤੇ ਕੋਈ ਸਰਕਾਰੀ ਅਧਿਕਾਰੀਆਂ ਨੂੰ ਲੋਕਾਂ ਨੂੰ ਸਮਝਾਉਣਾ ਚਾਹੀਦਾ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ, ਲੋਕ ਆਪ ਇਹ ਫਾਈਲ ਨੂੰ ਲੈ ਕੇ ਆਪ ਤਿਆਰ ਕਰ ਸਕਦੇ ਆ, ਅਸੀਂ ਵੀ ਆਪਣੇ ਪੇਪਰ ਜਿਹੜੇ ਆਰਾਮ ਨਾਲ ਕੀਤੇ ਆ ਆਮ ਫਾਈਲਾਂ ਤਿਆਰ ਕਰਕੇ ਜਿਹੜੇ ਕੀਤੇ ਹੈਗੇ ਆ, ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈਗਾ, ਅਧਿਕਾਰੀਆਂ ਨੂੰ ਚਾਹੀਦਾ ਕਿ ਲੋਕਾਂ ਨੂੰ ਆ ਕੇ ਸਮਝਾਉਣ, ਇੱਕ ਜਗ੍ਹਾ 'ਤੇ ਉਹਨਾਂ ਦੀ ਜਿਹੜੀ ਉਹ ਵਰਕਸ਼ਾਪ ਲਾ ਕੇ ਉਹਨੂੰ ਸਮਝਾਇਆ ਜਾਵੇ, ਤਾਂ ਜੋ ਲੋਕ ਇਹ ਲੁੱਟ ਸੁੱਟ ਤੋਂ ਬੰਦ ਹੋ ਕੇ ਬਚ ਸਕਣ ਅਤੇ ਆਮ ਫਾਈਲਾਂ ਤਿਆਰ ਕਰ ਸਕਣ। ਅਤੇ ਦੂਸਰੀ ਗੱਲ ਅਸੀਂ ਜਿਹੜੀ ਬੈਰਪੁਰ ਦੀ ਟ੍ਰੈਫਿਕ ਦੀ ਸਮੱਸਿਆ ਆ, ਉਹ ਅਸੀਂ ਉੱਚ ਅਧਿਕਾਰੀਆਂ ਨੂੰ ਮੰਗ ਕਰਦੇ ਕਿ ਇਹਨੂੰ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਔਰ ਇਹਦਾ ਕੋਈ ਸੁਚਾਰੂ ਜਿਹੜਾ ਢੰਗ ਨਾਲ ਹੱਲ ਕੱਢਿਆ ਜਾਵੇ, ਵੀ ਜਿਹੜੀ ਟ੍ਰੈਫਿਕ ਜਿਹੜੀ ਆ ਉਹ ਸਹੀ ਤਰੀਕੇ ਨਾਲ ਚੱਲ ਸਕੇ, ਆਮ ਲੋਕਾਂ ਨੂੰ ਜਿਹੜਾ ਆਵਾਜਾਈ ਜਿਹਦੇ ਵਿੱਚ ਹੋਰ ਚੁਣੇਗਾ ਲਾਭ। ਕੈਮਰਾਮੈਨ ਮਨਜਿੰਦਰ ਦੇ ਨਾਲ ਮੈਂ ਹਰਦੀਪ ਸਿੰਘ ਨਕੋਦਰ, ਨਿਊਜ਼ ਕੋਟ ਮਹਿਤਪੁਰ।
ਤੁਸੀਂ ਦੇਖ ਸਕੋ, ਸਭ ਤਸਵੀਰਾਂ ਦੇਖ ਰਹੇ ਪੂਰੀ ਤਰ੍ਹਾਂ ਟ੍ਰੈਫਿਕ ਜਾਮ ਲੱਗਾ ਹੈ ਔਰ ਜੋ ਲੋਕ ਨੇ ਪਰੇਸ਼ਾਨੀ ਦਾ ਸਾਹਮਣਾ ਕਿਸ ਤਰ੍ਹਾਂ ਕਰ ਰਹੇ ਨੇ।